ਹੁਣ ਆਪਾਂ ਕਰਨਾ ਚਾਹੁੰਦੇ ਹਾਂ ਸਰਫੇਸਿੰਗ, ਠੀਕ ਹੈ। ਇਹ ਸਾਡੇ ਕੋਲ ਟਟੋਰੀਅਲ ਹੁੰਦਾ ਹੈਗਾ ਸੋਲਿਡ ਵਰਕਸ ਦੇ ਵਿੱਚ, ਸੋਲਿਡ ਵਰਕਸ 2018 ਚੱਲ ਰਿਹਾ ਇਸ ਵਕਤ, ਅਤੇ ਇਹਦੇ ਵਿੱਚ ਆਹ ਸਰਫੇਸਿੰਗ ਦੀਆਂ ਕਮਾਂਡਾਂ ਹੈਗੀਆਂ, ਠੀਕ ਹੈ। ਇੱਕ ਇੱਕ ਕਰਕੇ ਆਪਾਂ ਦੇਖਾਂਗੇ ਇਸ ਐਗਜ਼ਾਮਪਲ ਦੇ ਵਿੱਚ ਕਿੱਦਾਂ ਯੂਜ਼ ਕਰ ਸਕਦੇ ਹਾਂ ਆਪਾਂ, ਠੀਕ ਹੈ। ਵੈਸੇ ਸੋਲਿਡ ਵਰਕਸ ਦੇ ਵਿੱਚ ਟਟੋਰੀਅਲ ਵੀ ਹੁੰਦਾ ਹੈ, ਸੋਲਿਡ ਵਰਕਸ ਟਟੋਰੀਅਲ 'ਚ ਜਾਵਾਂ, ਆਲ ਸੋਲਿਡ ਵਰਕਸ ਟਟੋਰੀਅਲ ਸਰਫੇਸ, ਅਸੀਂ ਆਹ ਵਾਲੀ ਚੀਜ਼ ਬਣਾਉਣਾ ਚਾਹੁੰਦੇ ਹਾਂ, ਠੀਕ ਹੈ। ਸਟੈਪ ਬਾਈ ਸਟੈਪ ਦਿੱਤਾ ਹੋਇਆ ਇਹਨਾਂ ਨੇ ਕਿੱਦਾਂ ਕਰਨਾ, ਠੀਕ। ਪਰ ਉਸ ਤੋਂ ਵਧੀਆ ਇਹ ਹੈ ਕਿ ਆਪਾਂ ਵੀਡੀਓ ਦੇਖੀਏ ਤਾਂ ਜ਼ਿਆਦਾ ਵਧੀਆ, ਉਹ ਬਹੁਤ ਸਾਰਾ ਪੜ੍ਹਨਾ ਪੈਣਾ, ਇਹ ਵੀਡੀਓ ਦੇ ਵਿੱਚ ਥੋੜ੍ਹਾ ਜਿਹਾ ਈਜ਼ੀ ਹੋ ਜਾਊਗਾ, ਠੀਕ ਹੈ। ਜਿੱਦਾਂ ਆਪਾਂ ਸੋਲਿਡ ਦੇ ਵਿੱਚ ਐਕਸਟਰੂਡ ਰਿਵੋਲਵ ਸਵੀਪ ਕਰਦੇ ਹੈਗੇ ਹਾਂ, ਬਿਲਕੁਲ ਸੇਮ ਸਰਫੇਸਿੰਗ ਦੇ ਵਿੱਚ ਵੀ ਕਰਦੇ, ਕੋਈ ਫਰਕ ਨਹੀਂ ਹੈਗਾ। ਔਰ ਸੋਲਿਡ ਦੇ ਵਿੱਚ ਸੋਲਿਡ ਬਣੂਗਾ, ਸਰਫੇਸ ਦੇ ਵਿੱਚ ਸਰਫੇਸ ਬਣੂਗਾ, ਠੀਕ ਹੈ। ਹੁਣ ਜਿੱਦਾਂ ਮੈਂ ਇਹਨੂੰ ਸਵੀਪ ਕਰ ਦਿੰਦਾ, ਸਵੈਪਟ ਆਬਜੈਕਟ ਸਿਲੈਕਟ ਕੀਤਾ, ਕਰਵ ਸਿਲੈਕਟ ਕੀਤੀ, ਤਾਂ ਇਹ ਸਵੀਪ ਹੋਣ ਲੱਗ ਗਿਆ। ਔਰ ਸਾਨੂੰ ਇੱਕ ਗਾਈਡ ਕਰਵ ਵੀ ਚਾਹੀਦੀ ਹੈ, ਅਤੇ ਗਾਈਡ ਕਰਵ ਦੇ ਵਿੱਚ ਗਾਈਡ ਕਰਵ ਠੀਕ ਹੋ ਗਿਆ। ਸੇਮ ਚੀਜ਼ ਆਪਾਂ ਇੱਥੇ ਵੀ ਕਰ ਸਕਦੇ ਹਾਂ, ਸਵੈਪਟ ਇਹਨੂੰ ਸਵੀਪ ਕਰਨਾ, ਪ੍ਰੋਫਾਈਲ ਕਿਹੜੀ ਆ, ਗਾਈਡ ਕਰਵ ਕਿਹੜੀ ਹੈ ਜੀ, ਦੱਸ ਠੀਕ ਹੋ ਗਏ। ਇਹ ਸਾਡੇ ਕੋਲ ਦੋ ਸਰਕਲ ਲੱਗੇ ਹੋਏ ਆ, ਇਹਨਾਂ ਨੂੰ ਅਸੀਂ ਲੋਕ ਕਰ ਸਕਦੇ ਹਾਂ, ਇਹਨੂੰ ਸਿਲੈਕਟ ਕਰੋ, ਇਹਨੂੰ ਸਿਲੈਕਟ ਕਰੋ, ਇਹ ਜਿਹੜੇ ਪੁਆਇੰਟ ਆ ਗਏ ਇਹਨਾਂ ਨੂੰ ਆਪਾਂ ਚੇਂਜ ਕਰ ਸਕਦੇ ਆਪਣੇ ਅਕੋਰਡਿੰਗ, ਸਿੱਧੇ ਹੋਣਗੇ ਤਾਂ ਠੀਕ ਹੈ, ਨਹੀਂ ਤਾਂ ਟਵਿਸਟ ਜਿੱਦਾਂ ਹੁੰਦੇ ਨਾ, ਟਵਿਸਟ ਹੋ ਗਿਆ, ਇੱਕ ਦੂਜੇ ਦੀ ਸੀਧ 'ਚ ਹੋਣਗੇ ਤਾਂ ਫਿਰ ਉਹ ਸਹੀ ਹੈ, ਟਵਿਸਟ ਹੋਇਆ ਲੱਗਦਾ ਨਹੀਂ, ਠੀਕ ਹੈ ਨਾ। ਇੱਥੇ ਜੇ ਆਪਾਂ ਟੈਂਜੈਂਟ ਕਰ ਦਾਂਗੇ ਜਾਂ ਪ੍ਰੋਫਾਈਲ ਕਰ ਦਾਂਗੇ ਨੋਰਮਲ ਟੂ ਪ੍ਰੋਫਾਈਲ, ਤਾਂ ਇਹ ਸ਼ੇਪ ਥੋੜ੍ਹੀ ਜਿਹੀ ਚੇਂਜ ਕਰ, ਜਿੰਨੀ ਵੈਲਿਊ ਭਰੀ ਜਾਵਾਂਗੇ ਉਨਾ ਨੋਰਮਲ ਰਹਿਣ ਦੀ, 90 ਡਿਗਰੀ 'ਤੇ ਰਹਿਣ ਦੀ ਕੋਸ਼ਿਸ਼ ਕਰੂਗਾ ਇਸ ਸਕੈਚ ਤੋਂ। ਜੇ ਆਪਾਂ ਨੈਨ ਕਰ ਦਾਂਗੇ ਤਾਂ ਇਹ ਬਾਈ ਡਿਫੋਲਟ ਜਿੱਦਾਂ ਹੈ ਉਹਦੇ ਅਕੋਰਡਿੰਗ ਹੈ, ਓਕੇ ਕਰ ਦਿੰਦੇ, ਇਹ ਮੇਰਾ ਲੋਕ ਹੋ ਗਿਆ, ਠੀਕ ਹੈ। ਹੁਣ ਅਸੀਂ ਇਹਨੂੰ ਸਪਲਿਟ ਕਰਨਾ ਚਾਹੁੰਦੇ ਹਾਂ ਇਸ ਸਰਫੇਸ ਨੂੰ ਅਤੇ ਇਸ ਸਰਫੇਸ ਨੂੰ, ਕਿੱਦਾਂ ਹੋਊਗਾ। ਫੀਚਰ 'ਚ ਜਾਓ, ਕਰਵ 'ਚ ਜਾਓ, ਸਪਲਿਟ, ਪ੍ਰੋਜੈਕਸ਼ਨ ਦੇ ਵਿੱਚ ਸਕੈਚ ਸਿਲੈਕਟ ਕੀਤਾ, ਸਰਫੇਸ ਦੇ ਵਿੱਚ ਆਹ ਸਰਫੇਸ ਅਤੇ ਆਹ ਸਰਫੇਸ, ਇਹ ਸਰਫੇਸ ਸਪਲਿਟ ਹੋ ਗਈ, ਇਸ ਸਕੈਚ ਦਾ ਕੰਮ ਖਤਮ ਹੋ ਗਿਆ, ਇਹਨੂੰ ਹਾਈਡ ਕਰ। ਹੁਣ ਆਪਾਂ ਲੋਫਟ ਕਰ ਸਕਦੇ ਹਾਂ, ਇਹ ਹੈ ਜੀ, ਅਦਰਵਾਈਜ਼ ਉਹ ਸਾਰਾ ਲੋਫਟ ਹੋਣ ਲੱਗ ਜਾਣਾ ਸੀ, ਇਹ ਹੈ ਜੀ। ਸਪਲਿਟ ਅਸੀਂ ਤਾਂ ਕੀਤਾ ਤਾਂ ਕਿ ਇੰਨਾ ਪੋਰਸ਼ਨ ਹੀ ਹੋ ਅਲੱਗ ਹੋ ਗਿਆ, ਹਾਂ ਠੀਕ ਹੈ। ਇਹਨੂੰ ਵੀ ਆਪਾਂ ਟੈਂਜੈਂਟ ਕਰ ਸਕਦੇ ਹਾਂ, ਟੈਂਜੈਂਟ ਟੂ ਫੇਸ ਦਿਸ ਫੇਸ, ਟੈਂਜੈਂਟ ਟੂ ਫੇਸ, ਠੀਕ ਹੈ। ਜਿੰਨੀ ਵੈਲਿਊ ਭਰ ਦਾਂਗੇ ਉਨਾ ਜ਼ਿਆਦਾ ਟੈਂਜੈਂਸੀ ਮੇਨਟੇਨ ਕਰੂਗੀ, ਸੇਮ ਚੀਜ਼ ਇੱਧਰ ਕਰ ਦਿੰਦੇ ਹਾਂ, ਲੋਫਟ, ਏ ਫੇਸ, ਏ ਐਜ ਅਤੇ ਏ ਐਜ, ਟੈਂਜੈਂਟ ਟੂ ਫੇਸ, ਟੈਂਜੈਂਟ ਟੂ ਫੇਸ, ਠੀਕ ਹੈ। ਲੋਫਟ, ਏ ਵਾਲੀ ਐਜ ਅਤੇ ਏ ਵਾਲੀ ਐਜ, ਦੇਖੀਏ ਹੁਣ ਬੰਦ ਕਰੀ ਵਾਰ, ਬਹੁਤ ਸਲੋ ਮੋਸ਼ਨ, ਠੀਕ ਹੈ। ਇੱਥੇ ਆਪਾਂ ਟੈਂਜੈਂਟ ਕਰ ਸਕਦੇ, ਇੱਥੇ ਵੀ ਆਪਾਂ ਟੈਂਜੈਂਟ ਕਰ ਸਕਦੇ, ਜਿੰਨੀ ਵੈਲਿਊ ਕਰ ਦਾਂਗੇ ਉਹਨਾਂ ਲੋਕ ਨੂੰ ਲੱਗ ਜਾਂਦੇ, ਠੀਕ ਹੋ ਗਿਆ, ਓਕੇ ਕਰ ਦਿੰਦੇ।
रिवॉल्व कर सकते अपन, रिवॉल्व इस कर्व नूं अपन रिवॉल्व करता, सिंगल लाइन नूं सेंटर लाइन हैगी है उहदे लई रिवॉल्व। जिहड़ी चीज़ नूं ट्रिम करना आ ट्रिम सरफेस, ट्रिमिंग टूल किहड़ा, मैं कहा जी दिस वन, ट्रिम किहनूं करना, कीप सिलेक्शन या रिमूव, मैं कहा जिथे मैं क्लिक करा वो चीज़ डिलीट हो जाए, रिमूव हो जाए। ट्रिम सरफेस की ट्रिमिंग टूल केड़ा है, मैं कहा जी दिस वन। रिमूव की चीज करनी है, मैं कहा जी आ ऊपर वाला पोर्शन, ठीक हो गया। जिदा ये छोटी रह गई तो एक्सटेंड सरफेस कर सकते, एक्सटेंड सरफेस दिस एज कितने तक, अप टू पॉइंट एक्सटेंड हो गया। एक्सट्रूड सरफेस कर सकते हैं, इधर भी कर देने, डायरेक्शन टू भी ऑन कर देने, ट्रिम सर्विस कर देने, ट्रिमिंग टूल ये है, कीप सिलेक्शन भाई जेड़ी चीज रखनी है, मतलब जी आप फायदा की हुआ इस सर्फेस में जो मैं हाइड करा इधरों ट्रिम हो गई, पर ये दोनों साइड तो ट्रिम हो गई, सानू एक साइड तो करनी है, अनट्रिम कर सकते जी चीज ट्रिम की है उन्होंने आप अनट्रिम भी कर सकते हैं, हम दूसरी साइड नहीं ट्रिम हुई, ठीक है। एक ऑप्शन है साढ़े को फिल सरफेस, एज 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 सारी एजेस सिलेक्ट कराएंगे, थोड़ी सर थोड़ा जहा क्योंकि कॉम्प्लेक्स सरफेस है ना, इस करके टाइम लगा देंगे, इदा भी बन असी क्या टेंजेंट होनी चाहिए है, अप्लाई टू ऑल एजेस, सारिया एजेस के नाल टेंजेंट होनी चाहिए, तो एक पॉइंट भी देना इतने पॉइंट लगे हुआ है, इस पॉइंट तो पास होंदा होया जाए, ठीक है, पॉइंट अलग तो लग्या है, ओके। ठीक है, टेंजेंट टू ऑल फेसेस, ऑल एजेस कंस्ट्रेन कर दे विच आ पॉइंट जिहड़ा हैगा, ते इह तो अगे नहीं जाना चाहिए, ओके। हुण इहदा मूव बंद करना है, प्लेनर सरफेस लो, इहदा मूव क्योंकि बिल्कुल स्ट्रेट है, इस करके प्लेनर सरफेस दे नाल आपां बंद कर दो, दूसरी साइड तो भी बंद कर देने, प्लेनर सरफेस बाउंड्री सिलेक्ट की, ओके कीता, प्लेनर सरफेस नीट सरफेस है, नीट सरफेस मतलब सारी सर्विस जोड़ना चाहते हैं, सारिया सर्विस सिलेक्ट कर लो, ठीक है, फिर ओके कर दो, नहीं एक सर्विस बन गई नेट हो गई, हम आप थिकनेस जब देवे तो सारी सर्फेस की थिकनेस हो,
थिकनेस ऊपर कर देने कट। थिकन करन दे नाले सॉलिड हो गया, हाँ हमने भी थिकनेस आ गई। इस वक्त हम सॉलिड बॉडी है, तो इतने वन सॉलिड बॉडी, वन सरफेस जी आप हाइड करती सी, एक सरफेस हाइड नहीं करती थी थले, वो वाली सरफेस, ठीक है ना, मतलब आप कोई सॉलिड चीज बनाई, पर बनाई कितों सरफेस से, सरफेस तो सारे कंपोनेंट बना के फिर आप सॉलिड कन्वर्ट कर, ये चारों पास बंद हों फिर सॉलिड बनना सी, ठीक है ना, हम थिकन करना पे है ना, ये नेट दे विच ते ऑप्शन हुंदी है क्रिएट सॉलिड, ये सारे साइड तो बंद होगा फिर सॉलिड बनना, ठीक है, एग्जांपल नाल नाल करके देखना, सारी तकरीबन कमांडा कवर हो जाती है।